ਦੀਪਕ ਟੀਨੂ ਫਰਾਰ ਮਾਮਲੇ ਦੇ ਵਿੱਚ ਅੱਜ ਮਾਨਸਾ ਦੀ ਮਾਣਯੋਗ ਅਦਾਲਤ ਵੱਲੋਂ ਦੀਪਕ ਟੀਨੂ ਤੇ CIA ਬਰਖਾਸਤ ਪ੍ਰਿਤਪਾਲ ਸਿੰਘ ਸਮੇਤ 10 ਵਿਅਕਤੀਆਂ ਦੇ ਖਿਲਾਫ਼ ਚਾਰਜ ਫਰੇਮ ਕਰ ਦਿੱਤਾ ਗਿਆ। ਦੱਸ ਦਈਏ ਕਿ ਦੀਪਕ ਟੀਨੂ ਉਹ ਸ਼ਖਸ ਆ ਜੋ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਨਾਮਜ਼ਦ ਸੀ ਅਤੇ ਮਾਨਸਾ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਦੀਪਕ ਟੀਨੂ CIA ਪ੍ਰਿਤਪਾਲ ਸਿੰਘ ਦੀ ਮਿਲੀ ਭੁਗਤ ਜਿਹੜਾ ਫਰਾਰ ਹੋ ਜਾਂਦਾ, ਜਿਸ ਤੋਂ ਬਾਅਦ CIA ਸਟਾਫ ਦੇ ਇੰਚਾਰਜ ਪ੍ਰਿਤਪਾਲ ਸਿੰਘ ਸਮੇਤ ਦੀਪਕ ਟੀਨੂ ਅਤੇ ਹੋਰ ਵਿਅਕਤੀਆਂ ਦੇ ਖਿਲਾਫ਼ ਜਿਹੜਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਅਤੇ ਇਹ ਮਾਮਲਾ ਅਦਾਲਤ ਦੇ ਵਿੱਚ ਪਹੁੰਚਦਾ, ਜਿੱਥੇ ਅਦਾਲਤ ਵੱਲੋਂ ਅੱਜ ਦੀਪਕ ਟੀਨੂ ਅਤੇ ਪ੍ਰਿਤਪਾਲ ਸਿੰਘ ਜੋ ਬਰਖਾਸਤ CIA ਸਟਾਫ ਇੰਚਾਰਜ ਸੀ ਉਸਦੇ ਖਿਲਾਫ਼ ਅਤੇ ਉਸਦੇ 10 ਸਾਥੀਆਂ ਸਮੇਤ ਜਿਹੜਾ ਚਾਰਜ ਫਰੇਮ ਕਰਕੇ ਕਾਰਵਾਈ ਅਗਲੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਮਾਣਯੋਗ ਅਦਾਲਤ ਵੱਲੋਂ ਹੁਣ ਅਗਲੀ ਤਰੀਕ ਜਿਹੜੀ ਪੇਸ਼ੀ 5 ਸਤੰਬਰ ਰੱਖੀ ਗਈ ਆ। ਆਉਣ ਵਾਲੇ ਸਮੇਂ ਵਿੱਚ ਪਤਾ ਚੱਲੇਗਾ ਕਿ ਇਸ ਕੇਸ ਦੇ ਵਿੱਚ ਅਗਲੀ ਕੀ ਸੁਣਵਾਈ ਹੋਏਗੀ ਜਾਂ ਕੀ ਤੱਥ ਸਾਹਮਣੇ ਆਉਣਗੇ। ਅਮਰਜੀਤ ਸਿੰਘ, ਪੰਜਾਬ ਤੱਕ, ਮਾਨਸਾ।